ਚਾਲ ਕੀ ਹਾਲ ਚਾਲ ਜੀ, ਮੈਂ ਤੁਹਾਡਾ ਆਪਦਾ ਦੇਸੀ ਵਲੋਗਰ ਅਤੇ ਅੱਜ ਦਾ ਵਲੋਗ ਬਣਾਉਣ ਜਾ ਰਹੇ ਹਾਂ ਹੋਰਸ ਦੇ ਟ੍ਰੇਲਰ 'ਤੇ। ਤੁਹਾਨੂੰ ਅੱਜ ਦੇ ਵਲੋਗ 'ਚ ਦਿਖਾਊਂਗਾ ਕਿ ਟ੍ਰੇਲਰ ਕਿੱਥੋਂ ਬਣਿਆ ਅਤੇ ਕਿਵੇਂ ਦਾ ਬਣਿਆ ਵਾ ਅਤੇ ਕੀ ਉਹਦੇ ਵਿੱਚ ਫੈਸਿਲਿਟੀ ਦਿੱਤੀ ਗਈ ਆ ਘੋੜਿਆਂ ਦੀ ਲਿਜਾਣ ਲਈ। ਅਤੇ ਚਲੋ ਆਜੋ ਦੇਖਦੇ ਹਾਂ। ਲਓ ਵੀ ਮਿੱਤਰੋ, ਆਹ ਵਾ ਟ੍ਰੇਲਰ ਅਤੇ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਗਿਆ ਵਾ ਅਤੇ ਹਰ ਤਰ੍ਹਾਂ ਦੀ ਇਹਦੇ ਵਿੱਚ ਫੈਸਿਲਿਟੀ ਦਿੱਤੀ ਗਈ ਆ। ਟ੍ਰੇਲਰ ਦੇ ਵਿੱਚ ਬਹੁਤ ਵਧੀਆ ਵਧੀਆ ਫੈਸਿਲਿਟੀਆਂ ਦਿੱਤੀਆਂ ਗਈਆਂ, ਜਿਵੇਂ ਕਿ ਪਹਿਲਾਂ ਟਾਇਰਾਂ ਦੀ ਲੈ ਲਓ, ਅਗਲਾ ਹਿੱਸਾ ਵਾ ਉਹਦੀਆਂ ਕਮਾਨੀਆਂ ਅੱਡ ਦਿੱਤੀਆਂ, ਪਿਛਲੇ ਦੀਆਂ ਅੱਡ ਦਿੱਤੀਆਂ ਕਿ ਜਿੰਨੀ ਘੱਟ ਤੋਂ ਘੱਟ ਉਖਲੀ ਲੱਗੇ ਦੇ ਵਿੱਚ ਘੋੜੀ ਨੂੰ ਜਾਂ ਘੋੜੇ ਨੂੰ ਜੋ ਵੀ ਆਪਾਂ ਲਿਜਾਇਆ ਜਾਂਦੇ ਹਾਂ ਅਤੇ ਘੱਟ ਤੋਂ ਘੱਟ ਉਖਲੀ ਲੱਗੇ। ਇਹਦੇ ਵਿੱਚ ਸਭ ਤੋਂ ਵੱਡੀ ਸੇਫਟੀ ਹੈ ਯਾਰ, ਮੀਂਹ ਆ ਜੇ, ਹਨੇਰੀ ਆ ਜੇ, ਕੁਛ ਵੀ ਹੋ ਜੇ, ਇਹਦੇ ਵਿੱਚ ਨਹੀਂ ਕੁਛ ਵੀ ਜਾਊਗਾ। ਆ ਟ੍ਰੇਲਰ ਬਣਾਉਣ ਦਾ ਮਕਸਦ ਹੀ ਆਹ ਹੁੰਦਾ ਕਿ ਬਈ ਯਾਰ ਕਈ ਵਾਰ ਹਾਦਸੇ ਹੋ ਜਾਂਦੇ ਆ, ਜਿਵੇਂ ਕਿ ਆਪਣੇ ਕਈ ਜਿਵੇਂ ਪਿਕਅਪ ਪੁਕਅਪ ਬਲੈਰੋ ਲੈ ਕੇ ਜਾਂਦੇ ਆ, ਉਹਨਾਂ ਵਿੱਚ ਘੋੜੇ ਛਾਲ ਮਾਰ ਜਾਂਦੇ, ਡਰ ਜਾਂਦੇ ਆ ਸਾਧਨਾਂ ਤੋਂ ਜਾਂ ਕਿਸੇ ਤੋਂ, ਇਹ ਚਾਰੋਂ ਪਾਸੋਂ ਬੰਦ ਹੁੰਦਾ, ਇਹਦੇ ਕਰਕੇ ਡਰਦਾ ਡੁਰਦਾ ਨਹੀਂ ਗਾ ਘੋੜਾ, ਵਿੱਚ ਵਧੀਆ ਬਹਿੰਦਾ, ਵਿੱਚ ਖੁਰਲੀ ਵੀ ਲੱਗੀ ਹੁੰਦੀ ਸਪੈਸ਼ਲ ਇਹਨਾਂ ਵਾਸਤੇ। ਅਤੇ ਬਣਿਆ ਵੀ ਪੂਰੀ ਰੀਝ ਨਾਲ ਆ, ਦੇਖੋ ਇੱਕ ਇੱਕ ਚੀਜ਼ ਇਹਦੇ, ਹਰ ਤਰ੍ਹਾਂ ਦੀ ਲਾਈਟਾਂ ਵੀ ਦਿੱਤੀਆਂ, ਉੱਤੇ ਵੀ ਦਿੱਤੀਆਂ, ਥੱਲੇ ਵੀ ਵਿੰਡੋ ਵੀ ਦਿੱਤੀ ਹੋਈ ਆ, ਤੁਹਾਨੂੰ ਵਿੱਚੋਂ ਵੀ ਦਿਖਾਵਾਂਗੇ ਆਪਾਂ। ਅਤੇ ਅੱਗੇ ਇੱਥੇ ਤੁਸੀਂ ਭਾਵੇਂ ਟਰੈਕਟਰ ਪਾ ਲਓ, ਭਾਵੇਂ ਤੁਸੀਂ ਜੀਪ ਪਾ ਲਓ, ਕੁਛ ਵੀ ਪਾ ਲਓ, ਬਲੈਰੋ ਕੈਂਪਰ ਵੀ ਪੈ ਜਾਂਦਾ, ਵੱਡੀ ਤੋਂ ਵੱਡੀ ਗੱਡੀ ਵੀ ਪੈ ਜਾਂਦੀ। ਅਤੇ ਇੱਕ ਸਭ ਤੋਂ ਵਧੀਆ ਗੱਲ ਕੀ, ਇਹ ਹਲਕਾ ਬਹੁਤ ਆ, ਜਿਹਦੇ ਕਾਰਨ ਹਰੇਕ ਗੱਡੀ ਖਿੱਚ ਸਕਦਾ ਹੈ ਇਹਨੂੰ। ਵੈਸੇ ਤਾਂ ਇਹ ਫੋਰਚੂਨਰ ਮਗਰ ਪਾਈਦਾ ਵਾ, ਪਰ ਅਸੀਂ ਪਹਿਲਾਂ ਬਲੈਰੋ ਮਗਰ ਵੀ ਪਾਉਂਦੇ ਹੁੰਦੇ ਸੀ ਆ ਕੈਂਪਰ ਨੂੰ, ਤਾਂ ਗਿਆ ਹੋਇਆ ਵਾ ਆਪਾਂ ਗੋਲੇ ਵਾਲੀ ਵੀ ਹੁੱਕ ਨਹੀਂ ਲਾਈ, ਕਈ ਜਾਣੇ ਗੋਲੇ ਵਾਲੀ ਲਾ ਦਿੰਦੇ। ਅਤੇ ਸਭ ਤੋਂ ਵਧੀਆ ਗੱਲ ਕਿ ਡਈ ਦਾ ਆਪਸ਼ਨ, ਇੱਕ ਤਾਂ 'ਚ ਸਰਾਖ ਵੀ ਬੜੇ ਆ, ਦੂਜੀ ਗੱਲ ਇੱਥੇ ਕਿ ਜੇ ਉੱਚਾ ਨੀਵਾਂ ਕਰਨਾ ਆਪਾਂ ਚੱਕ ਕੇ ਜਿਵੇਂ ਹੁਣ ਬਲੈਰੋ ਜਾਂ ਕਿਸੇ ਗੱਡੀ ਮਗਰ ਪਾਈਏ ਅਤੇ ਥੱਲੇ ਉਹਦੇ ਨਾਲ ਲਿਫਟ ਹੋ ਜਾਂਦਾ ਵਾ, ਤਾਂ ਠਾਂ ਜਿਵੇਂ ਮਰਜ਼ੀ ਕਰ ਲਓ ਉੱਚੀ ਨੀਵੀਂ, ਜਿਵੇਂ ਵੀ ਆਪਣੀ ਗੱਡੀ ਖੜ੍ਹੀ ਆ। ਮਿੱਤਰੋ ਕਮਾਨੀਆਂ ਦਾ ਕਹਿੰਦਾ ਸੀ ਅੱਡ ਅੱਡ ਦਿੱਤੀਆਂ, ਆ ਅਗਲੇ ਦੀਆਂ ਪਿਛਲੇ ਟਾਇਰਾਂ ਦੀਆਂ ਵੀ ਅੱਡ ਦਿੱਤੀਆਂ ਅਤੇ ਅਗਲੇ ਦੀਆਂ ਵੀ ਅੱਡ ਦਿੱਤੀਆਂ ਹੋਈਆਂ ਵਾ, ਇਹਦੇ ਕਰਕੇ ਕਿ ਉਖਲੀ ਜਮ੍ਹਾਂ ਹੀ ਨਹੀਂ ਮਹਿਸੂਸ ਹੁੰਦੀ ਵਿੱਚ ਬੈਠੇ ਜਾਨਵਰ ਨੂੰ। ਰਿਫਲੈਕਟਰ ਵੀ ਪਾਸੇ ਤਾਂ ਦਿੱਤੇ ਹੋਏ ਆ ਕਿ ਰਾਤ ਨੂੰ ਜਿਵੇਂ ਵੀ ਮਰਜ਼ੀ ਚਲਾਓ ਇਹਨੂੰ, ਕਿ ਪਾਸੇ ਆਸੋਂ ਆਉਂਦੇ ਕਈ ਵਾਰ ਗੱਡੀ ਦੇ ਪਿੱਛੇ ਪਾਇਆ ਹੁੰਦਾ ਪਤਾ ਨਹੀਂ ਲੱਗਦਾ, ਉੱਤੇ ਵੀ ਦਿੱਤੇ ਆ ਕਿ ਆਪਾਂ ਨੂੰ ਰਾਤ ਨੂੰ ਦੇਖ ਸਕੇ ਕਿ ਉੱਤੇ ਕੋਈ ਟਾਹਣੇ 'ਚ ਨਾ ਅੜ ਜੇ, ਕਿਸੇ ਵੀ ਤਰ੍ਹਾਂ ਦੇ ਉੱਤੇ ਵੀ ਇਹਨਾਂ ਨੇ ਲਾਈਟਾਂ ਲਗਾਈਆਂ ਗਈਆਂ ਵਾ। ਅਤੇ ਪਿੱਛੇ ਇਹਦੇ ਦੋ ਗੇਟ ਦਿੱਤੇ ਹੋਏ, ਇੱਕ ਜਮ੍ਹਾਂ ਛੋਟਾ ਜਿਹਾ ਅਤੇ ਇੱਕ ਪੂਰਾ ਵੱਡਾ। ਅਤੇ ਛੋਟਾ ਜਿਹਾ ਤਾਂ ਹਮੇਸ਼ਾ ਹੀ ਖੁੱਲ੍ਹਾ ਰੱਖਦੇ ਕਿ ਹਵਾ ਕਰੋਸਿੰਗ ਕਰੂਸਿੰਗ ਨਾਲ ਜਾਨਵਰ ਵੀ ਵਧੀਆ ਰਹਿੰਦਾ ਵਾ। ਤੁਹਾਨੂੰ ਇਹ ਖੋਲ੍ਹ ਕੇ ਦਿਖਾਇਆ ਜਾਊਗਾ ਹੁਣ ਕਿ ਕਿਵੇਂ ਖੋਲ੍ਹਦੇ ਇਹਨੂੰ। ਐ ਲੰਮੇ ਪਾ ਦਿੱਤਾ ਜਾਵੇ ਅਤੇ ਇਹਦੇ ਵਿੱਚੋਂ ਦੀ ਆਰਾਮ ਨਾਲ ਘੋੜੀ ਚੜ੍ਹ ਜਾਂਦੀ ਆ, ਅਤੇ ਵਿੱਚੋਂ ਕੁਛ ਇਸ ਤਰੀਕੇ ਦਾ ਵਾ ਕਿ ਬਹੁਤ ਹੀ ਵਧੀਆ। ਵੈਸੇ ਤਾਂ ਇੱਕ ਹੀ ਜਾਨਵਰ ਹੈ, ਇੱਕ ਨਾਲ ਬੱਚਾ ਵੀ ਆ ਜਾਂਦਾ ਵਾ, ਇੰਨਾ ਖੁੱਲ੍ਹਾ ਤਾਂ ਹੈਗਾ ਵਾ। ਬਾਹਰਲੀ ਸਾਈਡ ਇਹਦੇ ਚਾਦਰ ਲੱਗੀ ਹੋਈ ਆ ਅਤੇ ਅੰਦਰ ਇਹਦੇ ਫੱਟੇ ਲੱਗੇ ਹੋਏ ਆ ਕਿ ਲੋਹੇ ਦੀ ਤਾਂ ਨਹੀਂ ਲਾਈ ਕਿ ਤਿਲਕਣ ਤੁਲਕਣ ਤੋਂ ਕਈ ਵਾਰ ਜਾਨਵਰ ਤਿਲਕ ਜਾਂਦਾ। ਅਤੇ ਵਿੱਚ ਵੀ ਬਹੁਤ ਵਧੀਆ ਕੀਤਾ ਗਿਆ ਕਿ ਵਿੱਚ ਵੀ ਇਕੱਲਾ ਵੈਸੇ ਚਾਦਰ ਨਹੀਂ ਛੱਡੀ, ਇਹਨਾਂ ਨੇ ਮੈਟ ਰੱਖਿਆ ਹੋਇਆ ਵਾ ਰਬੜ ਦਾ, ਜਿਹਦੇ ਕਰਕੇ ਜਾਨਵਰ ਸੌਖਾ ਰਹਿੰਦਾ ਵਾ। ਆਹ ਤੁਹਾਨੂੰ ਬੰਦ ਕਰਕੇ ਦਿਖਾਉਂਦੇ, ਇੱਕ ਹੋਰ ਚੀਜ਼ ਦਿਖਾਉਂਦੇ, ਯਾਦ ਆ ਗਈ, ਇਹਦੇ ਵਾਸਤੇ ਇੱਥੇ ਪਿੰਨਾਂ ਪੈ ਜਾਂਦੀਆਂ, ਦੋਵੇਂ ਬੰਨੇ ਦਿੱਤੀਆਂ ਹੋਈਆਂ ਕਿ ਇਹਦੇ ਵਿੱਚ ਤੁਸੀਂ ਲੋਕ ਵੀ ਲਾ ਸਕਦੇ ਹਾਂ, ਕਿਤੇ ਵੀ ਜਾਨਵਰ ਹੋਟਲ ਹੁਟਲ 'ਤੇ ਜਾਂ ਕਿਤੇ ਵੀ ਰੁਕੇ ਹਾਂ, ਸੇਫਟੀ ਰਹਿੰਦੀ ਹੈ ਕਿ ਤੁਹਾਡਾ ਕੋਈ ਜਾਨਵਰ ਨਹੀਂ ਖੋਲ੍ਹ ਕੇ ਲਿਜਾ ਸਕਦਾ। ਇੱਕ ਦਰਵਾਜ਼ਾ ਦਿੱਤਾ ਹੋਇਆ, ਆਪਾਂ ਇਹਨੂੰ ਖੋਲ੍ਹ ਕੇ ਦਿਖਾਉਂਦੇ ਹਾਂ ਤੁਹਾਨੂੰ ਅਤੇ ਵਿੱਚ ਜਾਵਾਂਗੇ। ਇਹਦੇ 'ਤੇ ਵੀ ਇਹਨਾਂ ਨੇ ਲੋਕ ਦਿੱਤਾ ਹੋਇਆ ਕਿ ਅੱਗੋਂ ਵੀ ਲੋਕ ਹੋ ਜੇ, ਅਤੇ ਵਿੱਚੋਂ ਕੁਛ ਇਸ ਤਰ੍ਹਾਂ ਦਾ ਵਾ। ਇੱਥੇ ਵੀ ਲਾਈਟਾਂ ਵੀ ਦਿੱਤੀਆਂ ਹੋਈਆਂ ਅਤੇ ਸੁੱਚ ਦਿੱਤੇ ਹੋਏ ਆ, ਇੱਕ ਪੱਖੇ ਦਾ ਵੀ ਦਿੱਤਾ ਹੋਇਆ, ਪੱਖਾ ਉਹ ਉੱਥੇ ਕੱਸਿਆ ਜਾਊਗਾ ਇਹਨਾਂ ਨਟਾਂ 'ਚ, ਪਰ ਹਜੇ ਇਹਨਾਂ ਨੇ ਲਵਾਇਆ ਨਹੀਂ ਗਾ। ਅਤੇ ਵਿੰਡੋਜ਼ ਦਿੱਤੀਆਂ ਅੱਗੇ ਵੀ ਦੋ ਅਤੇ ਪਿੱਛੇ ਵੀ ਦੋ ਵਿੰਡੋ ਦਿੱਤੀਆਂ ਹਵਾ ਖਾਤਰ। ਅਤੇ ਇੱਥੇ ਵਧੀਆ ਇਹਨਾਂ ਨੇ ਲੱਕੜ ਲਾ ਕੇ ਉੱਤੇ ਪਲਾਈ ਲਾਈ ਹੋਈ, ਸਮੈਕਾ ਜਿਹਾ ਲਾਇਆ ਹੋਇਆ ਇਹ ਕੁਛ, ਅਤੇ ਬਹੁਤ ਹੀ ਵਧੀਆ ਅੰਦਰੋਂ ਬਣਿਆ ਹੋਇਆ। ਅਤੇ ਆਹ ਛੋਟੀ ਜਿਹੀ ਖੁਰਲੀ ਦਿੱਤੀ ਹੋਈ ਇਹਨਾਂ ਨੇ ਕਿ ਜਾਂਦੇ ਵਕਤ ਘੋੜੀ ਨੂੰ ਭੁੱਖ ਲੱਗ ਜਾਏ ਜਾਂ ਪਾਣੀ ਪਿਆਉਣਾ ਪੈ ਜਾਵੇ, ਕੁਛ ਵੀ, ਇਹ ਲੱਥ ਵੀ ਜਾਂਦੀ ਆ, ਲਾ ਕੇ ਦਿਖਾਈ।
ਕਿ ਜੇ ਲਾ ਕੇ ਆਪਾਂ ਰੱਖਣੀ ਆ, ਜੇ ਨਹੀਂ ਲਾਉਣੀ, ਜਦੋਂ ਲਾਉਣੀ ਆ ਉਦੋਂ ਹੀ ਲਾਉਣੀ ਆ। ਆਹ ਵੀ ਚੀਜ਼ ਇਹਨੇ ਲੱਥ ਜਾਂਦੀ ਆ, ਜੇ ਲਾਉਣੀ ਹੋਵੇ ਤਾਂ ਨੱਟ ਦਿੱਤੇ ਹੋਏ ਆ ਕਿ ਐਂ ਨਹੀਂ ਗਾ, ਜਮਾਂ ਫਿਕਸ ਨਹੀਂ ਕੀਤਾ ਹੋਇਆ ਇਹਨਾਂ ਨੇ ਕੰਮ, ਅਤੇ ਬਹੁਤ ਵਧੀਆ ਐਨ ਵਧੀਆ ਘੋੜੀ ਖੜੀ ਹੋ ਜਾਂਦੀ ਆ। ਅਤੇ ਇੱਥੇ ਇੱਕ ਜਣਾ ਜੇ ਕਿਸੇ ਨੇ ਪਿੱਛੇ ਬਹਿਣਾ ਤਾਂ ਬੈਠਣ ਨੂੰ ਜਗ੍ਹਾ ਬਹੁਤ ਵਧੀਆ ਬਣਾਈ ਹੋਈ ਆ ਕਿ ਆਪਦਾ ਬੈਠ ਕੇ ਜਾਨਵਰ ਕੋਲ ਬੈਠ ਜੇ। ਅਤੇ ਆਹ ਥੱਲੇ ਇਹਨਾਂ ਨੇ ਦਿੱਤਾ ਹੋਇਆ ਟੂਲ ਬੋਕਸ, ਇਹਦੇ ਵਿੱਚ ਕੁਛ ਵੀ ਰੱਖ ਲਓ। ਸਟਿੱਪਨੀ ਪਈ ਹੋਈ ਹੈ ਵੈਸੇ, ਇਹ ਜਦੋਂ ਜਾਣ ਲੱਗੇ ਗੱਡੀ 'ਚ ਰੱਖ ਲਈਦੀ ਆ, ਵੈਸੇ ਨਹੀਂ ਤਾਂ ਚਾਰਾ ਕੋਈ ਵੀ ਰੱਖ ਸਕਦੇ ਹਾਂ ਆਪਾਂ, ਫੀਡ ਫੂਡ ਜੋ ਵੀ ਆਪਾਂ ਘੋੜੀ ਦੇ ਲਿਜਾਂਦੇ ਹਾਂ ਸਮਾਨ ਕੁਛ ਵੀ। ਅਤੇ ਬਾਰੀ ਫੋਲਡਿੰਗ ਵਾਲੀ ਆ, ਐਂ ਕਰਕੇ ਘੱਟ ਸਪੇਸ ਦੇ ਵਿੱਚ ਫੋਲਡ ਹੋ ਜਾਂਦੀ ਆ ਕਿ ਉੱਧਰ ਜਾ ਕੇ ਘੋੜੀ ਦੀ ਲੱਤਾਂ 'ਚ ਨਹੀਂ ਵੱਜਦੀ। ਇਹ ਬਹੁਤ ਵਧੀਆ ਸਕੀਮ ਆ। ਜਾਨਵਰ ਵੀ ਚੜਾ ਕੇ ਦਿਖਾਉਂਦੇ ਹਾਂ ਕਿ ਆਹ ਜੀ ਹੁਣੇ ਟ੍ਰੇਲਰ ਲਿਆਂਦਾ ਗਿਆ। ਅਤੇ ਜਾਨਵਰ ਡਰਦਾ ਹੁੰਦਾ ਜਦੋਂ ਨਵਾਂ ਨਵਾਂ ਪਹਿਲੀ ਵਾਰ ਚੜਾਈ ਇੱਕ ਵਾਰ, ਅਤੇ ਪਹਿਲਾਂ ਉਹਨੂੰ ਆਸੇ ਪਾਸੇ ਕੀੜੇ ਕਢਾ ਕੇ ਸਾਰਾ ਕੁਛ ਉਹਨੂੰ ਦਿਖਾ ਲੈਣਾ ਚਾਹੀਦਾ ਕਿ ਮੈਂ ਪੂਰਾ ਸੇਫ ਹਾਂ। ਅਤੇ ਫਿਰ ਪਹਿਲਾਂ ਲਿਜਾਣ ਤੋਂ ਪਹਿਲਾਂ, ਕਿਤੇ ਵੀ ਲਿਜਾਣ ਤੋਂ ਪਹਿਲਾਂ ਤੁਸੀਂ ਐਂ ਚੜਾਓ ਕੁਛ ਦਿਨ ਇਹਨੂੰ। ਜਾਨਵਰ ਨੂੰ ਪੂਰਾ ਭਰੋਸਾ ਦਵਾਓ ਕਿ ਤੁਸੀਂ ਇਹਦੇ ਵਿੱਚ ਪੂਰਾ ਸੇਫ ਆ, ਕਿ ਜਾਨਵਰ ਇਹਦੇ ਵਿੱਚ ਚੜ ਸਕੇ। ਵੇਖੋ ਚੜ ਗਈ ਆ, ਐਨ ਆਰਾਮ ਨਾਲ ਚੜਾਇਓ ਕਰੋ। ਵੇਖੋ ਕਿ ਇਹਦੇ 'ਚ ਹਾਈਟ ਵੀ ਇਹਦੀ ਘੋੜੀ ਦੀ 61 ਇੰਚ ਆ, ਅਤੇ ਦੇਖੋ ਉੱਤੇ ਜਮ੍ਹਾਂ ਨਹੀਂ ਸਿਰ ਲੱਗਦਾ ਪਾਉਂ, ਇਹਦੇ 'ਚ 62 ਇੰਚ, 63 ਇੰਚ, 64 ਇੰਚ ਤੱਕ ਘੋੜਾ ਵਾੜ ਲਓ, ਅਤੇ ਕੁਛ ਨਹੀਂ ਉੱਤੇ ਨਹੀਂ ਇਹਦਾ ਸਿਰ ਸੁਰ ਲੱਗਦਾ ਜਾਂ ਕਿਤੇ ਵੀ ਆ। ਅਤੇ ਆਹ ਵੇਖੋ ਤੁਹਾਨੂੰ ਥੋੜ੍ਹਾ ਜਿਹਾ ਲੂਸਨ ਵੀ ਪਾ ਕੇ ਦਿਖਾਵਾਂਗੇ ਇੱਥੇ। ਅਤੇ ਇੱਥੇ ਬੰਨ ਦਈਦੀ ਆਪਾਂ ਇਹਨਾਂ ਨੂੰ ਘੋੜੀ। ਇਹ ਅਜੇ ਟ੍ਰੇਲਰ ਹੁਣੇ ਲਿਆਂਦਾ ਗਿਆ ਸੀਗਾ, ਜਿਹਦੇ ਕਰਕੇ ਘੋੜੀ ਚੜ੍ਹਦੀ ਨਹੀਂ ਆ। ਜਾਨਵਰ ਨੂੰ ਪਹਿਲਾਂ ਚੜਾਇਆ ਨਹੀਂ ਸੀ ਆਪਾਂ, ਪਹਿਲਾਂ ਕੈਂਪਰ ਕੁੰਪਰ 'ਤੇ ਚੜ੍ਹਦੀ ਰਹੀ ਆ, ਅਤੇ ਪਹਿਲੀ ਵਾਰ ਚੜਾਇਆ। ਇਸ ਤੋਂ ਪਹਿਲਾਂ ਕਿ ਤੁਸੀਂ ਚਲੋ ਜਦੋਂ ਵੀ ਐਵੇਂ ਇਹੋ ਜਿਹਾ ਕੁਛ ਵੀ ਬਣਾਓ, ਅਤੇ ਜਾਨਵਰ ਨੂੰ 2-3 ਦਿਨ ਉਹਨੂੰ ਚੜਾਓ ਅਤੇ ਲਾਓ ਅਤੇ ਡਾਲਾ ਵੀ ਮਾਰੋ, ਕਿ ਇਹਦੇ ਵਿੱਚ ਪੂਰਾ ਸੈਟਿਸਫਾਈਡ ਹੋ ਜਾਏ ਇਹਦਾ ਦਿਲ ਕਿ ਹਾਂ ਮੈਂ ਇੱਥੇ ਪੂਰੀ ਸੁਰੱਖਿਅਤ ਹਾਂ। ਕਿ ਆਹ ਵੇਖੋ ਇੱਥੇ ਐਂ ਪਾ ਕੇ ਲੂਸਨ ਪਾ ਦਈਦਾ, ਅਤੇ ਵਧੀਆ ਤਰੀਕੇ ਨਾਲ ਖਾਂਦੀ ਰਹਿੰਦੀ ਹੈ ਕੁੜੀ। ਡਾਲਾ ਚੱਕਦੇ ਹਾਂ ਹੁਣ ਕਿ ਜਮਾਂ ਨਾਲ ਹੌਲੀ ਕਿਤੇ ਨੇ ਲਾਈ ਜਮਾਂ ਨਾਲ, ਕੁਛ ਨਹੀਂ ਗਾ ਬੇਟਾ, ਕੁਛ ਨਹੀਂ ਗਾ, ਬਸ ਬਸ ਨਾ ਬੇਟਾ, ਨੋ ਬਸ 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 ਕੀ ਆ ਬੇਟਾ, ਲੈ ਆ ਲੈ ਖਾ ਆ ਲੈ, ਉਹ ਕੁਛ ਨਹੀਂ ਗਾ, ਲੈ ਲੈ ਆ ਲੈ ਸ਼ਾਬਾਸ਼। ਆ ਘੋੜੀ ਵੀ ਸੂਣ ਵਾਲੀ ਆ, ਆਉਣ ਵਾਲੇ ਟਾਈਮ 'ਚ ਤੁਹਾਨੂੰ ਇਹਦੇ ਵੀ ਰਿਵਿਊ ਦਿਖਾਵਾਂਗੇ ਕਿ ਕੀ ਬੱਚਾ ਆਉਂਦਾ ਅਤੇ ਕਿਵੇਂ ਆ ਅਤੇ ਕਿਹਦੇ ਤੋਂ ਲਵਾਈ ਹੋਈ ਆ। ਵੈਸੇ ਲਵਾਈ ਤਾਂ ਤੁਹਾਨੂੰ ਹੁਣੇ ਵੀ ਦੱਸ ਦਿੰਦੇ ਆ, ਦਿਲਬਾਗ ਰਣੀ ਵਾਲੀ ਤਾਂ ਲਵਾਈ ਆ, ਉਸ ਘੋੜੇ ਨੂੰ ਹਰੇਕ ਕੋਈ ਜਾਣਦਾ ਹੀ ਆ ਇੰਟਰਨੈਟ 'ਤੇ। ਜੇ ਕੋਈ ਨਹੀਂ ਜਾਣਦਾ ਤਾਂ ਇੰਟਰਨੈਟ 'ਤੇ ਸਰਚ ਮਾਰ ਲਓ ਦਿਲਬਾਗ ਰਣੀ ਵਾਲਾ, ਉਹ 'ਚੋਂ ਲੱਗੀ ਹੋਈ ਆ ਅਤੇ ਮਹੀਨਾ ਕੁ ਰਹਿ ਗਿਆ ਇਹਦੇ ਸੂਨ 'ਚ। ਅਤੇ ਦੇਖੋ ਹੁਣ ਸੂਗੀ ਤਾਂ ਕੀ ਬੱਚਾ ਆਉਂਦਾ। ਆਹ ਦੇਖੋ ਆਪਾਂ ਤੁਰ ਰਿਹਾ ਟ੍ਰੇਲਰ 'ਤੇ, ਕੁਛ ਵੀ ਨਹੀਂ ਹੋ ਰਿਹਾ, ਘੋੜੀ ਵਧੀਆ ਐਨ ਖੜ੍ਹੀ ਆ, ਅਤੇ ਜਮ੍ਹਾਂ ਵੀ ਉਖਲੀਆਂ ਨਹੀਂ ਮਹਿਸੂਸ ਹੋ ਰਹੀਆਂ, ਐਨ ਵਧੀਆ ਸਟੇਬਲ ਚੱਲਦਾ ਵਾ ਪੂਰਾ। ਅਤੇ ਇੱਥੇ ਐਂ ਵੇਖੋ ਇੱਕ ਬੰਦਾ ਆਰਾਮ ਨਾਲ ਬਹਿ ਸਕਦਾ ਜਿਵੇਂ ਮਰਜ਼ੀ। ਘੋੜੀ ਲਾਈ ਜਾਂਦੇ ਆ,
ਤੁਹਾਨੂੰ ਕਿੱਦਾਂ ਦਾ ਲੱਗਿਆ ਵਲੋਗ ਅੱਜ ਦਾ, ਅਤੇ ਨਾਲੇ ਟ੍ਰੇਲਰ ਦਾ ਰਿਵਿਊ ਵੀ ਥੱਲੇ ਕਮੈਂਟਾਂ 'ਚ ਜ਼ਰੂਰ ਦਿਓ ਕਿ ਕਿੱਦਾਂ ਦਾ ਲੱਗਿਆ। ਟ੍ਰੇਲਰ ਦੇ ਤੁਹਾਨੂੰ ਮਾਲਕ ਦਾ ਨੰਬਰ ਦੇ ਦਾਂਗੇ, ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦੇ ਦਾਂਗੇ। ਚਲੋ ਜੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਚਲੋ ਮਿਲਦੇ ਹਾਂ ਤੁਹਾਨੂੰ ਅਗਲੀ ਵਲੋਗ ਦੇ ਵਿੱਚ, ਬਾਏ।